ਸੀ ਰਾਉਤ ਰਾਜਪੂਤ ਸੁਰਮਾ ਪੰਜਾਬ ਵੈਬ ਟੀਵੀ। ਅੱਜ ਅਸੀਂ ਪਹੁੰਚੇ ਸੁਰਮਾ ਪੰਜਾਬ ਪਹੁੰਚਾ ਸ੍ਰੀ ਬਲਵਿੰਦਰ ਸਿੰਘ ਭੰਗੂ ਸਾਹਿਬ ਦੇ ਦਫ਼ਤਰ ਭੋਗਪੁਰ। ਭੰਗੂ ਸਾਹਿਬ ਨੂੰ ਲੱਖ ਲੱਖ ਵਧਾਈ, ਜੋ ਕਿ ਦੁਆਬਾ ਪੱਤਰਕਾਰ ਮੰਚ ਪ੍ਰੈਸ ਕਲੱਬ ਭੋਗਪੁਰ ਦੇ ਤਕਰੀਬਨ 10 ਸਾਲ ਤੋਂ ਪ੍ਰੈਸੀਡੈਂਟ ਹੈ। ਉਸ ਤੋਂ ਇਲਾਵਾ ਹੁਣੀ ਹੁਣੀ ਪੰਜਾਬ ਚੰਡੀਗੜ੍ਹ ਯੂਨੀਵਰਸਿਟੀ ਯੂਨੀਅਨ ਆਫ ਇੰਡੀਆ ਕੇ ਡਿਸਟ੍ਰਿਕਟ 2 ਦੇ ਪ੍ਰੈਸੀਡੈਂਟ। ਇਹ 2-4 ਦਿਨ ਹੋ ਗਿਆ, ਮੇਰੇ ਖਿਆਲ 'ਚ ਹਫ਼ਤਾ ਵੀ ਨਹੀਂ ਹੋਇਆ, ਅਭੀ ਬਣੇ, ਹੁਣੇ ਹੁਣੇ ਬਣਿਆ ਹੈ, ਅਤੇ ਲੱਖ ਲੱਖ ਵਧਾਈ ਹੋ। ਆਓ, ਇਹ ਭੋਗਪੁਰ ਲਈ ਵੀ ਬਹੁਤ ਪ੍ਰਾਊਡ ਕੀ ਬਾਤ। ਅਤੇ ਆਓ ਭੰਗੂ ਸਾਹਿਬ ਤੋਂ ਜਾਣਕਾਰੀ ਲੈਂਦੇ ਕਿ ਇਹ ਚੋਣ ਕਿੱਦਾਂ ਦਾ ਹੋਈ, ਕਿਹੜੇ ਕਿਹੜੇ ਉੱਥੋਂ ਚੰਡੀਗੜ੍ਹ ਤੋਂ ਅਫਸਰ ਆਏ ਸੀਗੇ, ਔਰ ਇਹਦਾ ਆਉਣ ਵਾਲਾ ਜਿਹੜਾ ਹੈ ਜਨਤਾ ਦੇ ਉੱਤੇ ਕੀ, ਜਨਤਾ ਦੇ ਹਿੱਤ 'ਚ ਕਿੱਦਾਂ ਕੰਮ ਕਰੂਗਾ, ਉਹਦੇ ਬਾਰੇ ਵੀ ਅਸੀਂ ਜਾਣਕਾਰੀ ਲਾਂਗੇ। ਭੰਗੂ ਸਾਹਿਬ, ਤੁਹਾਡਾ ਲੱਖ ਲੱਖ ਵਧਾਈ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਿ ਜਿਹੜੀ ਚੋਣ ਦੀ ਗੱਲ ਕੀਤੀ ਆ ਕਿ ਸਾਡੀ ਬਕਾਇਦਾ ਭੋਗਪੁਰ ਇੱਕ ਹੋਟਲ ਦੇ ਵਿੱਚ ਪੱਤਰਕਾਰਾਂ ਦੀ ਚੋਣ ਹੋਈ ਜੀ, ਕਿ ਜਿਹਦੇ ਵਿੱਚ ਇਕੱਲੇ ਪ੍ਰਧਾਨ ਦੀ ਚੋਣ ਹੋਈ ਦੁਆਬਾ ਪੱਤਰਕਾਰ ਮੰਚ ਭੋਗਪੁਰ ਪ੍ਰੈਸ ਕਲੱਬ ਭੋਗਪੁਰ ਜੀ ਜੀ, ਅਤੇ ਉਸ ਦੇ ਵਿੱਚ ਮੁੱਖ ਤੌਰ 'ਤੇ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਜੰਮੂ ਜੀ ਜੀ ਜੀ, ਚੇਅਰਮੈਨ ਬਲਵੀਰ ਜੱਡੂ ਜੀ ਜੀ ਜੀ, ਅਤੇ ਜ਼ਿਲ੍ਹਾ ਪ੍ਰਧਾਨ ਪਾਲ ਸਿੰਘ ਨੌਲੀ ਜੀ 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 ਪਹੁੰਚੇ। ਉਹਨਾਂ ਦੇ ਦੇਖ ਰੇਖ ਵਿੱਚ ਚੋਣ ਹੋਈ ਜੀ, ਅਤੇ ਬਕਾਇਦਾ ਅਸੀਂ ਪ੍ਰਜਾਈਡਿੰਗ ਅਫਸਰ, ਚੋਣ ਅਫਸਰ ਜਿਹੜਾ ਸੀ ਜੀ, ਉਹ ਐਡਵੋਕੇਟ ਗੁਰਮੇਲ ਸਿੰਘ ਢਿੱਲੋਂ ਨੂੰ ਬਣਾਇਆ ਜੀ ਜੀ, ਜਿਨ੍ਹਾਂ ਨੇ ਮੰਚ ਦੀ ਚੋਣ ਦੇ ਲਈ ਨਾਂ ਪੇਸ਼ ਕਰਨ ਲਈ ਪੱਤਰਕਾਰਾਂ ਨੂੰ ਕਿਹਾ ਪ੍ਰਧਾਨ ਦਾ ਜਿਹੜਾ ਚੁਣਨੇ ਆ ਜੀ, ਅਤੇ ਉਸ ਟਾਈਮ ਹੀ ਸਾਰੇ ਪੱਤਰਕਾਰ ਹੱਥ ਖੜ੍ਹੇ ਕਰਕੇ ਇੱਕੋ ਵਾਰ ਦੇ ਵਿੱਚ ਕਿਹਾ ਕਿ ਸਾਡੇ ਅਗਲੇ 5 ਸਾਲ ਦੇ ਲਈ ਪ੍ਰਧਾਨ ਜਿਹੜੇ ਆ ਉਹ ਬਲਵਿੰਦਰ ਸਿੰਘ ਭੰਗੂ ਹੋਣਗੇ। ਵਾਹ ਵਾਹ, ਅਤੇ ਉਸ ਟਾਈਮ ਸਾਰਿਆਂ ਨੇ ਇਸ 'ਤੇ ਵਿਸ਼ਵਾਸ ਦਵਾਇਆ ਜੀ ਜੀ, ਕਿ ਕਿਉਂਕਿ ਮੈਂ ਇਸ ਇਲਾਕੇ ਦੇ ਵਿੱਚ ਜਦੋਂ ਦਾ ਪੱਤਰਕਾਰ ਸਾਹਿਬ ਤੋਂ ਬਣ ਰਿਹਾ ਪਏ ਵਾਰ ਵਾਰ, ਉਹਦੇ ਵਿੱਚ ਇਹ ਗੱਲ ਹੋਈ ਕਿ ਅਸੀਂ ਬਹੁਤ ਕੰਮ ਕੀਤੇ ਆ, ਅਸੀਂ ਪੱਤਰਕਾਰਾਂ ਦੇ ਦੁੱਖ ਸੁੱਖ ਦੇ ਵਿੱਚ ਮੰਗਾਂ ਦੇ ਵਿੱਚ ਪੂਰੇ ਮੋਹਰੇ ਹੋ ਕੇ ਲੜੇ ਜੀ। ਇੱਥੇ ਨਹੀਂ ਭੋਗਪੁਰ ਦੇ ਪੱਤਰਕਾਰਾਂ ਨੇ ਹੀ, ਅਸੀਂ ਭਲੱਥ, ਕਰਤਾਰਪੁਰ, ਆਦਮਪੁਰ, ਟਾਂਡਾ, ਉਹਨਾਂ ਦੁਨੀਆਂ ਦੇ ਨਾਲ ਪੂਰਾ ਸਹਿਯੋਗ ਦਿੱਤਾ, ਇੱਥੋਂ ਤੱਕ ਲੁਧਿਆਣੇ ਵੀ ਅਸੀਂ ਇੱਕ ਮੋਰਚਾ ਲਾਇਆ ਜਾ ਕੇ ਟੋਲ ਪਲਾਜੇ ਦਾ ਜੀ। ਅਤੇ ਉਸ ਟਾਈਮ ਹੀ ਜੱਡੂ ਸਾਹਿਬ ਨੇ ਅਤੇ ਜੰਮੂ ਸਾਹਿਬ ਨੇ ਇਹ ਗੱਲ ਕਹੀ ਕਿ ਅਸੀਂ ਇੱਕ ਜਲੰਧਰ 2 ਦਾ ਪ੍ਰਧਾਨ ਬਣਾਉਣਾ ਹੈ ਜੀ, ਕਿ ਉਹ ਵੀ ਇੱਕ ਤੁਸੀਂ ਇਹ ਨਾਂ ਔਫਰ ਕਰੋ ਕਿ ਜਿਹੜਾ ਸਾਡੇ ਨਾਲ ਸਹਿਯੋਗ ਦੇਵੇ, ਕਿਉਂਕਿ ਤੁਸੀਂ ਇਹ ਇਲਾਕੇ ਦੀ ਪੱਤਰਕਾਰਤਾ ਦੇ ਵਿੱਚ ਬਹੁਤ ਨਾਚ ਖੱਟਿਆ, ਅਸੀਂ ਤੁਹਾਨੂੰ ਨਾਲ ਰਲਵਾਉਣਾ ਚਾਹੁੰਦੇ ਹਾਂ ਜੀ ਜੀ। ਅਤੇ ਉਸ ਟਾਈਮ ਹੀ ਸਾਰੇ ਪੱਤਰਕਾਰਾਂ ਨੇ ਕਿਹਾ ਕਿ ਸਾਡਾ ਜਲੰਧਰ 2 ਦਾ ਪ੍ਰਧਾਨ ਜਿਹੜਾ ਆ ਉਹ ਵੀ ਬਲਵਿੰਦਰ ਸਿੰਘ ਭੰਗੂ ਹੀ ਹੋਊਗਾ ਜੀ ਜੀ। ਸੋ ਉਹਨਾਂ ਨੇ ਬੜਾ ਮਾਣ ਮੈਨੂੰ ਬਖਸ਼ਿਆ ਆ, ਮੇਰੇ 'ਤੇ ਬਹੁਤ ਆਸਾਂ ਰੱਖੀਆਂ ਆ, ਜਿਸ ਤਰ੍ਹਾਂ ਮੈਂ ਪਹਿਲਾਂ ਉਹਨਾਂ ਨੂੰ ਮੋਹਰੇ ਲੱਗ ਕੇ ਸਰਦਾਰ ਗੁਰਮੀਤ ਸਿੰਘ ਨਡਾਲਾ ਨਾਇਬ ਤਹਿਸੀਲਦਾਰ ਨੇ ਬਹੁਤ ਸਹਿਯੋਗ ਦਿੱਤਾ, ਅਤੇ ਉਹਨਾਂ ਦੇ ਸਦਕਾ ਅਸੀਂ 450 ਸਕੁਏਅਰ ਫੁੱਟ ਅਸੀਂ ਪਲਾਟ ਖਰੀਦ ਸਕੇ ਹਾਂ ਭੋਗਪੁਰ ਵਿੱਚ। ਭੋਗਪੁਰ ਦੇ ਵਿੱਚ ਜੀ ਜੀ ਜੀ। ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਜੀ, ਅਤੇ ਪਵਨ ਕੁਆਟੀ ਨੂੰ ਜੀ ਜੋ ਸਾਡੇ ਹਲਕੇ ਦੇ ਵਿਧਾਇਕ ਸੀ, ਉਹਨਾਂ ਦੇ ਸਦਕਾ ਸਾਨੂੰ 5 ਲੱਖ ਦੀ ਗ੍ਰਾਂਟ ਵੀ ਆਈ ਜੀ। ਪਰ ਕੈਪਟਨ ਸਾਹਿਬ ਦੀ ਜਿਹੜੀ ਨਵੀਂ ਸਰਕਾਰ ਬਣੀ, ਉਹਨਾਂ ਦੀ ਇੱਕ ਨਵੀਂ ਪੋਲਿਸੀ ਬਣਾਈ ਕਿ ਜਿਹੜੀਆਂ ਗ੍ਰਾਂਟਾਂ ਨਹੀਂ ਵਰਤੀਆਂ ਗਈਆਂ ਉਹ ਵਾਪਸ ਲਓ। ਹਾਂ, ਉਹਦੇ ਵਿੱਚ ਸਾਡੀ ਗ੍ਰਾਂਟ ਵੀ ਜਿਹੜੀ ਆ ਮਿਲੀ ਸੀ ਸਾਨੂੰ 5 ਲੱਖ ਰੁਪਈਆ ਚੈੱਕ, ਉਹ ਵੀ ਵਾਪਸ ਲੱਗ ਗਿਆ। ਅਤੇ ਉਸ ਤੋਂ ਬਾਅਦ ਹੁਣ ਸਾਡੇ ਜਿਹੜੇ ਸਾਬਕਾ MP ਆ ਮਹਿੰਦਰ ਸਿੰਘ KB ਜੀ, ਉਹ ਵੀ ਉਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਵਾਇਆ, ਉਹਨਾਂ ਨੇ ਵੀ 2-3 ਮੀਟਿੰਗਾਂ ਮਨਪ੍ਰੀਤ ਬਾਦਲ ਜੀ ਨਾਲ ਕੀਤੀਆਂ, ਸਾਡੇ ਵਿੱਤ ਮੰਤਰੀ ਜਿਹੜੇ ਪੰਜਾਬ ਦੇ ਆ ਜੀ, ਔਰ ਉਸ ਅਸੀਂ ਵੀ ਪੱਤਰਕਾਰ ਇਕੱਠੇ ਹੋ ਗਏ, ਅਸੀਂ ਮਨਪ੍ਰੀਤ ਬਾਦਲ ਜੀ ਕੋਲ ਗਏ ਜੀ, ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਤੁਹਾਡਾ ਜਿਹੜਾ ਹਲਕੇ ਦਾ MLA ਜਾਂ ਇੰਚਾਰਜ ਆ ਸਾਡੀ ਪਾਰਟੀ ਦਾ, ਉਹ ਉਹਦੇ ਰਾਹੀਂ ਅਸੀਂ ਤੁਹਾਨੂੰ ਜਿਹੜੀ ਆ 5 ਲੱਖ ਦੀ ਗ੍ਰਾਂਟ ਜਿਹੜੀ ਵਾਪਸ ਦੇਵਾਂਗੇ। ਅਤੇ KB ਸਾਹਿਬ ਮਿਲ ਦੇ ਵਿੱਚ ਆਏ ਸੀ ਜੀ, ਅਤੇ ਜਿਹਨਾਂ ਨੇ ਮੈਨੂੰ ਇਹ ਕਿਹਾ ਕਿ 1-2 ਦਿਨ ਦੇ ਵਿੱਚ ਤੁਹਾਡਾ 5 ਲੱਖ ਦਾ ਚੈੱਕ ਆਜੂਗਾ, ਅਸੀਂ ਸਾਰਾ ਜਿਹੜਾ ਉਹ ਬਿਲਡਿੰਗ ਬਣਾਵਾਂਗੇ ਵਧੀਆ, ਅਤੇ ਪਬਲਿਕ ਦੇ ਲਈ ਹਾਂਜੀ ਉਹ ਬੜੀ ਇੱਕ ਵਧੀਆ ਸਹੂਲਤ ਹੋਊ ਸਾਡੇ ਇਲਾਕੇ ਦੇ ਲਈ, ਲੋਕਾਂ ਦੀਆਂ ਧਾਰਮਿਕ, ਰਾਜਨੀਤਿਕ, ਸਮਾਜਿਕ, ਸੱਭਿਆਚਾਰਕ ਜਾਂ ਰਾਜਨੀਤਿਕ ਕੋਈ ਵੀ ਪ੍ਰੋਬਲਮ ਆਉਂਦੀਆਂ ਜੀ ਜੀ, ਉਹ ਇਨਸਾਨ ਸਾਡੇ ਕੋਲ ਹੋਣਗੇ, ਉਹ ਪਾਰਟੀਆਂ ਸਾਡੇ ਕੋਲ ਹੋਣਗੀਆਂ, ਅਸੀਂ ਸਮਾਜ ਸੇਵੀ ਤੌਰ ਦੇ ਉੱਤੇ ਵੀ ਉਹਨਾਂ ਦਾ ਮਸਲਾ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ, ਨਹੀਂ ਤਾਂ ਫਿਰ ਸਰਕਾਰ ਦੇ ਕੰਨ ਦੇ ਵਿੱਚ ਉਹਨਾਂ ਦੀ ਖਬਰ ਜਿਹੜੀ ਆ ਪਹੁੰਚਾਵਾਂਗੇ ਕਿ ਸਰਕਾਰ ਉਹਨਾਂ ਦੇ ਮਸਲੇ ਹੱਲ ਕਰੇ। ਇਹ ਇਲਾਕੇ ਦੀ ਬੜੀ ਖੁਸ਼ੀ ਵਾਲੀ ਗੱਲ ਹੋ ਗਈ। ਬਹੁਤ ਬਹੁਤ ਧੰਨਵਾਦ। ਇਹ ਸਨ ਬਲਵਿੰਦਰ ਸਿੰਘ ਭੰਗੂ ਸਾਹਿਬ, ਸੁਰਮਾ ਪੰਜਾਬ ਨੂੰ ਬਿਲਕੁਲ ਡਿਟੇਲ ਦੱਸ ਦਿੱਤੇ, ਅਤੇ ਆਸ ਕਰਦੇ ਭੰਗੂ ਸਾਹਿਬ ਤੁਹਾਡਾ ਆਉਣ ਵਾਲਾ ਜਿਹੜਾ ਕੱਲ੍ਹ ਹੈ
ਤੇ ਸਾਰੇ ਟੀਮ ਦੇ ਨਾਲ ਤੁਹਾਡਾ ਵਧੀਆ ਇੱਕ ਵਧੀਆ ਟੀਮ ਦੇ ਨਾਲ ਵਧੀਆ ਚੱਲੇ ਔਰ ਪਬਲਿਕ ਨੂੰ ਇਨਸਾਫ ਮਿਲੇ ਔਰ ਤੁਹਾਡਾ ਪ੍ਰੈਸ ਕਲੱਬ ਇੱਥੇ ਬਣੇ ਸਾਰੇ ਪੱਤਰਕਾਰ ਭਾਈਚਾਰਾ ਲਈ ਇੱਕ ਬਹੁਤ ਵੱਡੀ ਗੱਲ ਹੈ। ਇਹ ਦੋ ਜੂਨੀਅਰ ਦਾ ਪੱਤਰਕਾਰਾਂ ਨੇ ਮੇਰੇ 'ਤੇ ਵਿਸ਼ਵਾਸ ਰੱਖਿਆ, ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਅਤੇ ਦੁਆਬਾ ਪੱਤਰਕਾਰ ਮੰਚ ਭੋਪਰ ਪ੍ਰੈਸ ਕਲੱਬ ਭੋਪਰ। ਅਤੇ ਅਸੀਂ ਇਹ ਨਹੀਂ ਕਹਿ ਕੇ ਅਸੀਂ ਇਹ ਪੱਤਰਕਾਰਾਂ ਨੇ ਹੀ, ਜਿੱਥੇ ਵੀ ਪੱਤਰਕਾਰ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਿਆਦਤੀ ਹੋਊਗੀ ਅਸੀਂ ਉਹਨਾਂ ਦੇ ਉਹਦੇ ਨਾਲ ਤੁਰਾਂਗੇ ਅਤੇ ਸਮਾਜ ਦੀਆਂ ਸਮੱਸਿਆਵਾਂ ਦੇ ਹੱਲ ਕਰਨ ਦੇ ਲਈ ਪੂਰਾ ਯਤਨ ਕਰਾਂਗੇ ਕਿ ਅਸੀਂ ਸਮਾਜ ਦੇ ਇੱਕ ਸਾਫ਼ ਸੁਥਰਾ ਪ੍ਰਸ਼ਾਸਨ ਦਵਾਉਣ ਦੇ ਵਿੱਚ ਪੂਰਾ ਯੋਗਦਾਨ, ਕਿਉਂਕਿ ਚੌਥਾ ਥੰਮ ਹੈ ਪੱਤਰਕਾਰਤਾ, ਕਿ ਇਸ ਲਈ ਅਸੀਂ ਉਹ ਥੰਮ ਨੂੰ ਮਜ਼ਬੂਤ ਕਰਾਂਗੇ। ਬਹੁਤ ਬਹੁਤ ਧੰਨਵਾਦ ਪੰਪ ਸਾਹਿਬ ਤੁਹਾਡਾ ਸੁਰਮਾ ਪੰਜਾਬ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ।